ਅਸਲਾਮੁਅਲੈਕਮ ਤੇ ਸਭ ਵੇਖਣ ਵਾਲਿਆਂ ਨੂੰ ਸੱਚੀ ਸਟੋਰੀ ਟੀਵੀ ਚੈਨਲ ਤੇ ਜੀ ਆਇਆਂ ਕਹਿੰਦੇ ਆ ਤੇ ਅੱਜ ਯਾਰ ਨੈਥਸਨ ਭੱਟੀ ਦਾ ਤੇ ਸੁਲਤਾਨੀ ਦਾ ਤੁਹਾਨੂੰ ਉਹ ਅਸੀਂ ਵਾਕਿਆ ਦੱਸਾਂਗੇ ਕਿ ਜਿਹੜਾ ਪਿਆਰਿਓ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਮਿਸਾਲ ਬਣ ਕੇ ਰਹਿ ਗਿਆ ਸੀ ਤੋਂ ਕਿਹੜਾ ਸਾ ਵਾਕਿਆ ਹੈ ਕਿ ਸੁਲਤਾਨੀ ਦਾ ਤੇ ਨੈਥਸਨ ਭੱਟੀ ਦਾ ਕਿ ਫਿਲਮ ਇੰਡਸਟਰੀ ਦੇ ਵਿੱਚ ਯਾਰ ਇਹਨਾਂ ਦੋ ਨੇ ਬੜਾ ਅੱਛਾ ਕੰਮ ਕੀਤਾ ਦੋਵੇਂ ਇਸ ਦੁਨੀਆ ਤੋਂ ਟਰ ਗਏ ਨੇ ਲੇਕਿਨ ਇਹ ਅਲਾ ਵਾਕਿਆ ਯਾਰ ਕਿਤਾਬਾਂ ਦੇ ਵਿੱਚ ਲਿਖਿਆ ਗਿਆ ਕਿੰਨਾ ਗੂ ਯਾਰ ਇਸ ਵਾਕਿਏ ਨੂੰ ਲੋਕਾਂ ਨੇ ਪਿਆਰ ਦਿੱਤਾ ਮੁਹੱਬਤਾਂ ਦਿੱਤੀਆਂ ਤੇ ਮੈਂ ਕਹਿੰਨਾ ਕਿ ਤੁਸੀਂ ਮੇਰੇ ਖਿਆਲ ਚ ਇਹ ਪਹਿਲੀ ਦਫਾ ਸੁਣੋਗੇ ਤੇ ਜੇ ਹਾਲੇ ਤੱਕ ਨਹੀਂ ਸੁਣਿਆ ਤੇ ਫਿਰ ਸਾਡੀ ਵੀਡੀਓ ਨਾਲ ਜੁੜੇ ਰਵੋ ਤੇ ਜੇ ਹਾਲੇ ਤੱਕ ਸਾਡੇ ਚੈਨਲ ਨੂੰ ਵੀ ਨਹੀਂ ਸਬਸਕ੍ਰਾਈਬ ਕੀਤਾ ਤੇ ਦਿਲੋਂ ਜਾਣ ਨਾਲ ਫਿਰ ਯਾਰ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਆਓ ਫਿਰ ਵੀਡੀਓ ਲੈ ਵਧੀਏ ਤੇ ਤੁਹਾਨੂੰ ਨੈਦਸੈਨ ਪੱਟੀ ਦਾ ਤੇ ਸੁਲਤਾਨੀ ਦਾ ਯਾਰ ਉਹ ਵਾਕਿਆ ਦੱਸੀਏ ਸੀ ਤੇ ਉਹ ਕਿਹੜਾ ਵਾਕਿਆ ਹੈ ਕਿ ਯਾਰ ਨੈਦਸੈਨ ਪੱਟੀ ਨੇ ਗਲੂਕਾਰੀ ਤੇ ਬਹੁਤ ਹੀ ਸੁਪਰ ਹਿੱਟ ਕੀਤੀ ਲੋਕਾਂ ਨੇ ਪਸੰਦ ਵੀ ਬਹੁਤ ਕੀਤਾ ਤੇ ਇਹਨੇ ਜਦੋਂ ਫਿਲਮਾਂ ਨੂੰ ਡਾਇਰੈਕਟ ਕਰਨਾ ਸ਼ੁਰੂ ਕੀਤਾ ਨਾ ਤੇ ਉਦੋਂ ਸੁਲਤਾਨ ਟੌਪ ਦਾ ਅਦਾਕਾਰ ਸੀ ਕਿ ਯਾਰ ਇਹਦਾ ਜਿਹੜਾ ਮੁਹਾਫਜ਼ਾ ਸੀ ਨਾ ਫੀਸ ਜਿਹੜੀ ਸੀ ਇਹਨ ਦੀ ਇੱਕ ਫਿਲਮ ਦੀ ਉਹ ਬੜੀ ਮਹਿੰਗੀ ਸੀ ਕਿਉਂ ਉਸ ਦੌਰ ਦੇ ਵਿੱਚ 3 ਲੱਖ ਤੋਂ ਜ਼ਿਆਦਾ ਇਹਦੀ ਫੀਸ ਹੁੰਦੀ ਸੀ ਉਸਤਾਨੀ ਦੀ ਤੇ ਨੈਦਸਨ ਪੱਟੀ ਨਵਾਂ ਨਵਾਂ ਡਾਇਰੈਕਟਰ ਬਣਿਆ ਤੇ ਪ੍ਰੋਡੂਸਰ ਵੀ ਰਿਹਾ ਉਹ ਤੇ ਉਹ ਇਹਦੇ ਕੋਲ ਗਿਆ ਉਹਨੇ ਕਿਹਾ ਜੀ ਹਾਜੀ ਸਾਹਿਬ ਫਿਲਮ ਕਰਨੀ ਤੁਸੀਂ ਇੱਕ ਤੇ ਉਹਨੇ ਕਿਹਾ ਜੀ ਪੱਟੀ ਸਾਹਿਬ ਦੱਸੋ ਕਰਾਂਗੇ ਜ਼ਰੂਰ ਕਰਾਂਗੇ ਸਾਰਿਆਂ ਦੀਆਂ ਕਰਨ ਦਾ ਯਾਰ ਅਸੀਂ ਤੇਰੀ ਕਿਉਂ ਨਹੀਂ ਫਿਲਮ ਕਰਾਂਗੇ ਉੱਥੇ ਹੁਣ ਨੈਦਸਨ ਭੱਟੀ ਹੋਰਾਂ ਸਾਹਿਬ ਹੋਰਾਂ ਪੁੱਛਿਆ ਕਿ ਆਗਾ ਜੀ ਫੀਸ ਕਿੰਨੀ ਤੇ ਹਾਜੀ ਸਾਹਿਬ ਨੇ ਕਿਹਾ ਸੁਣੋ ਜਰਾ ਹੁਣ ਉਹ ਯਾਰ ਤੇਰੇ ਕੋਲ ਕਿੰਨੇ ਹੈਗੇ ਨੇ ਉਹਨੇ ਦੇ ਚੱਲ ਸਾਨੂੰ ਛੱਡ ਦੇ ਤੂੰ ਇਸ ਗੱਲ ਨੂੰ ਕਿ ਮੇਰੀ ਫੀਸ ਕਿੰਨੀ ਜਿੰਨੇ ਤੇਰੇ ਕੋਲ ਹੈ ਨੇ ਤੂੰ ਦੇ ਦੇ ਤੇ ਉੱਥੇ ਫਿਰ ਪਿਆਰਿਓ ਉਹ ਨੈਦਸਨ ਭੱਟੀ ਨੇ ਉਹਨੂੰ ਫੀਸ ਕੀ ਦਿੱਤੀ ਸਿਰਫ 80000 ਰੁਪਇਆ ਕਿੰਨਾ 80000 ਰੁਪਇਆ ਯਾਰ ਕਿ ਉਦੋਂ ਸੁਲਤਾਨੀ ਦੀ ਉਸ ਟਾਈਮ ਦੀ ਜਿਹੜੀ ਫੀਸ ਸੀ ਨਾ ਉਹ 3 ਲੱਖ ਤੋਂ ਜ਼ਿਆਦਾ ਸੀ ਤੇ ਅਨਾਸਨ ਪੱਟੀ ਨੇ ਅੱਦੇ ਵੀ ਨਾ ਯਾਰ ਦਿੱਤੇ ਲੇਕਿਨ ਫਿਰ ਵੀ ਸੁਲਤਾਨੀ ਨੇ 80000 ਰੁਪਇਆ ਵੀ ਫੜਿਆ ਤੇ ਫੜ ਕੇ ਤਿਸ ਫਿਲਮ ਸੈਨ ਕਰ ਦਿੱਤੀ ਤੇ ਇਹ ਜਿਹੜਾ ਵਾਕਿਆ ਸੀ ਨਾ ਇਹ ਫਿਲਮ ਇੰਡਸਟਰੀ ਦੇ ਵਿੱਚ ਬੜਾ ਵਾਇਰਲ ਹੋਇਆ ਸੀ ਬੜਾ ਮਸ਼ਹੂਰ ਹੋਇਆ ਸੀ ਕਿ ਯਾਰ ਉਨ ਐਸਨ ਪੱਟੀ ਦੀ ਫਿਲਮ ਸੁਲਤਾਨੀ ਨੇ 80000 ਦੇ ਵਿੱਚ ਕੀਤੀ ਤੇ ਯਾਰ ਤੁਹਾਡੇ ਕੋਲੋਂ ਉਹ 2-2 ਲੱਖ 3-3 ਲੱਖ 4-4 ਲੱਖ ਲੈਂਦਾ ਇਹ ਕਿੱਧਰ ਨੂੰ ਰਹਾ ਗਿਆ ਕਿ ਫਿਰ ਵੀ ਉਹਨੇ ਹਾਜੀ ਸੁਲਤਾਨੀ ਨੇ ਯਾਰ ਉਹਦੀ ਫੇਵਰ ਲੈ ਲਈ ਉਹ ਯਾਰ ਹਾਜੀ ਸੁਲਤਾਨੀ ਤੇ ਆ ਜਾਂ ਦਰवेश ਬੰਦਾ ਹੋਇਆ ਕਿ ਕਿਸੇ ਕੋਲ ਪੈਸੇ ਨਹੀਂ ਵੀ ਨਿਹੁੰਦੇ ਸਨ ਫਿਲਮ ਲਈ ਤੇ ਉਹ ਕਹਿੰਦਾ ਹੁੰਦਾ ਸੀ ਕਿ ਅੱਲਾ ਦਾ ਨਾਮ ਲੈ ਤੂੰ ਫਿਲਮ ਸ਼ੁਰੂ ਕਰ ਆਪੇ ਤੈਨੂੰ ਰੱਬ ਪੈਸੇ ਦੇਵੇਗਾ ਇਸੇ ਤਰ੍ਹਾਂ ਪਿਆਰਿਓ ਫਿਲਮ ਇੰਡਸਟਰੀ ਦੇ ਵਿੱਚ ਰਾਇ ਦੀਆਂ ਐਸੀਆਂ ਐਆਂ ਨੇਕੀਆਂ ਨੇ ਕਿ ਉਹਨੇ ਪੜੋਸਰਾਂ ਨੂੰ ਹਦਾਇਤਕਾਰਾਂ ਨੂੰ ਐ ਜੀ ਐ ਜੀ ਆਪਦੀ ਜ਼ਿੰਦਗੀ ਦੇ ਵਿੱਚ ਮਦਦ ਦਿੱਤੀ ਏ ਕਿ ਅੱਜ ਵੀ ਯਾਰ ਉਹ ਅਸੀਂ ਵਾਕਏ ਸੁਣਨੇ ਆ ਜੋ ਗੱਲਾਂ ਬਾਤਾਂ ਵੇਣਿਆ ਤੇ ਸਾਨੂੰ ਯਾਰ ਪਸੀਨੇ ਆ ਜਾਂਦੇ ਨੇ ਕੀ ਯਾਰ ਸਾਡੇ ਲੂੰ ਕੰਡੇ ਖਲੇ ਹੋ ਜਾਂਦੇ ਨੇ ਤੇ ਮੈਂ ਕਹਿੰਨਾ ਕਿ ਤੁਹਾਡੇ ਵੀ ਖਲੇ ਹੁੰਦੇ ਹੋਣਗੇ ਕਿ ਜਿੱਦੋ ਯਾਰ ਅਸੀਂ ਇਹ ਸੁਲਤਾਨੀ ਦੇ ਇਹੋ ਅਜਿਹੇ ਵਾਕਏ ਦੱਸਨੇ ਆ ਕਿ ਨੈਸ਼ਨ ਭੱਟੀ ਨੇ ਯਾਰ ਫਿਲਮਾਂ ਦੀ ਉਸ ਤੋਂ ਬਾਅਦ ਲੈਨ ਲਾ ਦਿੱਤੀ ਤੇ ਫਿਲਮ ਇੰਡਸਟਰੀ ਦੇ ਵਿੱਚ ਟੌਪ ਦੇ ਡਾਇਰੈਕਟਰ ਹੋਏ ਨੇ ਕਿ ਪਿਆਰਿਓ ਇਹਨਾਂ ਫਿਲਮਾਂ ਵੀ ਬੜੀਆਂ ਬੜੀਆਂ ਟੌਪ ਦੀਆਂ ਦੀਤੀਆਂ ਤੇ ਅਸੀਂ ਕਿਹਾ ਕਿ ਵੀਰਾਂ ਨਾਲ ਭਰਾਵਾਂ ਨਾਲ ਇੱਕ ਨੈਸ਼ਨ ਭੱਟੀ ਦਾ ਤੇ ਸੁਲਤਾਨੀ ਦਾ ਵਾਕਿਆ ਇਹਨਾਂ ਨੂੰ ਦਸੀਏ ਕਿ ਫਿਲਮ ਇੰਡਸਟਰੀ ਦੇ ਵਿੱਚ ਅਜੇ ਅਜੇ ਵੀ ਨੇਕੀਆਂ ਤੇ ਪਿਆਰਿਓ ਦੇਖੀਆਂ ਕਰ ਗਿਆ ਅਜੀ ਸੁਲਤਾਨੀ ਤੇ ਉਹ ਵੀ 80000 ਰੁਪਿਆ ਉਹ ਵੀ ਕੋ ਸੁਲਤਾਨੀ ਨੇ ਆਪਣੀ ਰੱਖਿਆ ਉਹ ਵੀ ਯਾਰ ਗਰੀਬਾਂ ਚੇ ਮਸਕੀਨਾ ਚੇ ਵੰਡ ਦਿੱਤਾ ਕਿਉ ਆਪ ਦੀ ਯਾਰ ਇਹਨਾਂ ਫਿਲਮਾਂ ਦੀ ਪੇਮੈਂਟ ਨੂੰ ਨਾ ਲੋਕਾਂ ਦੇ ਵਿੱਚ ਅਦਾਕਾਰਾਂ ਦੇ ਵਿੱਚ ਤਕਸੀਮ ਕਰ ਦਿੰਦਾ ਹੁੰਦਾ ਸੀ ਕਿਉ ਆਪ ਜਿਹੜਾ ਸੀ ਨਾ ਪੈਸੇ ਜਿੰਨੇ ਕੋ ਨੂੰ ਚਾਹੀਦੇ ਹੁੰਦੇ ਸਨ ਉਹਨੇ ਕੋ ਘਰ ਲੈ ਜਾਂਦਾ ਹੁੰਦਾ ਸੀ ਬਾਕੀ ਸਾਰੇ ਉੱਥੇ ਹੀ ਸਟੂਡੀਓ ਵੰਡ-ਵੰਡ ਕੇ ਚਲਾ ਜਾਂਦਾ ਹੁੰਦਾ ਸੀ ਤੇ ਸਾਡੀ ਸਟੋਰੀ ਤੁਹਾਨੂੰ ਕੇਜੀ ਲੱਗੀ ਤੇ ਜੇ ਚੰਗੀ ਲੱਗੀ ਤੇਨੂੰ ਫਿਰ ਲਾਈਕ ਸ਼ੈੱਕ ਕਰੋ ਅੱਗੇ ਯਾਰਾਂ ਬਿੱਲੀਆਂ ਨਾਲ ਸ਼ੇਅਰ ਕਰੋ ਮੈਂ ਕਹਿੰਨਾ ਕਿ ਇਨਾ ਕੁ ਸ਼ੇਅਰ ਕਰੋਗੇ ਕੋਕੇ ਪਰੋ ਛੱਡੋ ਤੇ ਜੇ ਹਾਲੇ ਤੱਕ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇਨੂੰ ਫਿਰ ਦਿਲੋਂ ਜਾਨ ਦੇ ਨਾਲ ਸਬਸਕ੍ਰਾਈਬ ਕਰ ਦਿਓ ਇਹਦੇ ਨਾਲ ਹੁਣ ਸਾਨੂੰ ਇਜਾਜ਼ਤ ਦਿਓ ਤੇ ਜਲਦੀ ਮਿਲਾਂਗੇ ਇਹੋ ਜੀ ਨਵੀਂ ਜਾਣਕਾਰੀ ਦੇ ਨਾਲ ਅੱਲਾ ਨਿਗੇਬਾਨ